ਮੈਂ ਕਰਸ਼ਫਾ ਰਾਜਪੂਤ ਧਰਤੀ ਦੀ ਆਵਾਜ਼ ਫੋਕ ਸਟੂਡੀਓ ਬੋਧ ਦੀ ਸਾਂਝ ਨਾਲ ਸੀਜ਼ਨ 2 ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਤੁਸੀਂ ਦੇਖ ਰਹੇ ਹੋ ਮੇਰੀ ਬੈਕਸਾਈਡ 'ਤੇ ਕਾਫੀ ਸਾਰੇ ਸਿੰਗਿੰਗ ਦੇ ਸਟੂਡੈਂਟ ਮੌਜੂਦ ਨੇ ਅਤੇ ਅੱਜ ਅਸੀਂ ਮੌਜੂਦ ਹਾਂ ਲੋਹੜ ਦੇ ਇਲਾਕੇ ਦਰੋਗਾ ਵਾਲਾ ਮੋਮਨਪੁਰਾ ਬਸਤੀ ਦੇ ਵਿੱਚ ਅਤੇ ਇੱਥੇ ਸਾਡੇ ਨਾਲ ਕਾਫੀ ਸਾਰੇ ਸਿੰਗਿੰਗ ਦੇ ਸਟੂਡੈਂਟ ਮੌਜੂਦ ਨੇ ਉਹਨਾਂ ਨਾਲ ਕੁਝ ਗੱਲਬਾਤ ਕਰਾਂਗੇ ਅਤੇ ਉਹਨਾਂ ਕੋਲ ਕੁਝ ਗਾਣੇ ਵੀ ਸੁਣਾਂਗੇ ਮੈਂ ਸ਼ਾਲੀਮਾਰ ਹਸਪੀਟਲ ਚ ਮੇਲ ਨਰਸ ਸੀ ਅੱਛਾ ਨਹੀਂ ਕੀ ਕਰਦੇ ਹੋ ਤੁਸੀਂ ਮੈਂ ਸ਼ਾਲੀਮਾਰ ਹਸਪੀਟਲ ਚ ਮੇਲ ਨਰਸ ਸੀ ਅੱਛਾ ਤੇ ਸਿੰਗਿੰਗ ਦਾ ਸ਼ੌਕ ਹੈ ਹਾਂਜੀ ਮੈਂ ਬਚਪਨ ਤੋਂ ਤਕਰੀਬਨ 5 ਸਾਲ ਤੋਂ ਗਾ ਰਿਹਾ ਜੀ ਸਿੱਖਣਾ ਵੀ ਸ਼ੁਰੂ ਕੀ
ਦੇ ਚੁਰਾਈ ਤੂੰ ਤੇ ਮੇਰੀ ਅੱਖੀਆਂ ਦੀਨੀ ਦੇ ਚੁਰਾਈ ਵੇ ਬੇਈਮਾਨਾ ਵੇ ਬੇਈਮਾਨਾ ਵੇ ਘਰ ਜਾਈ ਤੂੰ ਤੇ ਮੇਰੀ ਅੱਖੀਆਂ ਦੀਨੀ ਦੇ ਚੁਰਾਈ ਕਿੱਥੇ ਨੇ ਉਹ ਸ਼ਮਾ ਕਿੱਥੇ ਗਏ ਉਹ ਸਵੇਰੇ ਵੇ ਪਲ ਵੀ ਨੀ ਲੰਘ ਦਸ ਤੇਰਾ ਬਿਨ ਮੇਰੇ ਵੇ ਕਿੱਥੇ ਨੇ ਉਹ ਸ਼ਮਾ ਕਿੱਥੇ ਗਏ ਉਹ ਸਵੇਰੇ ਵੇ ਪਲ ਵੀ ਨੀ ਲੰਘ ਦਸ ਤੇਰਾ ਬਿਨ ਮੇਰੇ ਵੇ ਇੰਜ ਮੈਨੂੰ ਤੱਕ ਨਾ ਏ ਇੰਜ ਮੈਨੂੰ ਤੱਕ ਨਾ ਏ ਜਿਵੇਂ ਮੈਂ ਪਰਾਈ ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ ਤੂੰ ਤੇ ਮੇਰੀ ਅੱਖੀਆਂ ਦੀ ਨੀਂਦ ਚੁਰਾਈ ਵਾਹ ਜੀ ਵਾਹ ਬਗੈਰ ਸਿੱਖਣ ਤੋਂ ਇੰਨਾ ਵਧੀਆ ਗਾਇਆ ਕੋਈ ਹੋਰ ਗਾਣਾ ਵੀ ਆਉਂਦਾ ਤੁਹਾਨੂੰ ਹਾਂਜੀ ਜੀ ਮੈਨੂੰ ਸ਼ਹਿਜ਼ਾਦ ਅਲੀ ਦਾ ਗਾਣਾ ਆਉਂਦਾ ਅਕਸਰ ਮੈਂ ਕਾਲਜ 'ਚ ਇਹ ਗੁਣਗੁਣਾਉਂਦਾ ਸਾਂ ਅਤੇ ਮੇਰੇ ਜਿਹੜੇ ਪ੍ਰੋਫੈਸਰ ਸੀ ਉਹ ਬਹੁਤ ਲਾਈਕ ਕਰਦੇ ਸੀ ਅਤੇ ਅਗਰ ਤੁਸੀਂ ਸ਼ੌਕ ਰੱਖਦੇ ਹੋ ਤਾਂ ਮੈਂ ਤੁਹਾਨੂੰ ਜ਼ਰੂਰ ਸੁਣਾਉਂਦਾ ਹਾਂਜੀ ਜ਼ਰੂਰ ਅਸੀਂ ਸੁਣਨਾ ਸੀ ਪੁੱਛਿਆ ਤੁਹਾਡੇ ਕੋਲ ਸਾਹਿਲ ਪੇ ਖੜੇ ਹੋ ਤੁਮੇ ਕਿਆ ਗਮ ਚਲੇ ਜਾਣਾ ਸਾਹਿਲ ਪੇ ਖੜੇ ਹੋ ਤੁਮੇ ਕਿਆ ਗਮ ਚਲੇ ਜਾਣਾ ਮੈਂ ਡੂਬ ਰਹਾ ਹੂੰ ਅਭੀ ਡੂਬਾ ਤੋ ਨਹੀਂ ਹੂੰ ਹੈ ਵਾਦਾ ਪਰਾਮੋਸ਼ ਮੈਂ ਤੁਝ ਸਾ ਤੋ ਨਹੀਂ ਹੂੰ ਹਰ ਜ਼ੁਲਮ ਚੁੱਪ ਚਾਪ ਸਹੀ ਮਸਲੇ ਖਤਮ ਵਕਤ ਕੇ ਹਾਥੋਂ ਚੁੱਪ ਚਾਪ ਸਹੀ
ਮਸਲਹਤਨ ਵਕਤ ਕੇ ਹਾਥੋਂ ਮਜਬੂਰ ਸਹੀ ਵਕਤ ਸੇ ਹਾਰਾ ਤੋ ਨਹੀਂ ਹੂੰ ਮਜਬੂਰ ਸਹੀ ਵਕਤ ਸੇ ਹਾਰਾ ਤੋ ਨਹੀਂ ਹੂੰ ਹੈ ਵਾਦਾ ਪਰਾਮੋਸ਼ ਮੈਂ ਤੁਝ ਸਾ ਤੋ ਨਹੀਂ ਹੂੰ ਹਰ ਜ਼ੁਲਮ ਵਾਹ ਜੀ ਵਾਹ ਬਹੁਤ ਸ਼ੁਕਰੀਆ ਤੁਹਾਡਾ ਹੁਣ ਅਸੀਂ ਦੇਖਦੇ ਹਾਂ ਕਿ ਅਗਲਾ ਟੈਲੈਂਟ ਸਾਡੇ ਨਾਲ ਕੌਣ ਮੌਜੂਦ ਹੈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਦਨਾਨ ਸੰਧੂ ਹੈ ਅਦਨਾਨ ਸੰਧੂ ਕੀ ਕਰਦੇ ਹੋ ਤੁਸੀਂ ਮੈਂ ਸੈਮਸੰਗ ਮੋਬਾਈਲ ਕੰਪਨੀ 'ਚ ਜੋਬ ਕਰਨਾ ਅੱਛਾ ਗਾਣਾ ਸਿੱਖਿਆ ਜਾਂ ਵੈਸੇ ਹੀ ਗੁਣਗੁਣਾ ਮੈਂ ਥੋੜ੍ਹਾ ਬਹੁਤ ਸਿੱਖਿਆ ਆਪਣੇ ਚਾਚੂ ਦੇ ਨਾਲ ਚਰਚ 'ਚ ਕੁਆਇਰ ਵਗੈਰਾ 'ਚ ਗਾਣਾ ਅਤੇ ਉਹ ਹੀ ਅੱਗੇ ਆਹਿਸਤਾ ਆਹਿਸਤਾ ਸਿੱਖ ਰਹੇ ਮਜ਼ੀਦ ਕਿੰਨੇ ਅਰਸੇ ਤੋਂ ਸਿੱਖਣਾ ਸ਼ੁਰੂ ਕੀਤਾ ਕੋਈ 5-7 ਸਾਲ ਹੋ ਗਏ ਤਕਰੀਬਨ ਅਤੇ ਕਦੀ ਮੌਕਾ ਨਹੀਂ ਮਿਲਿਆ ਕਿਧਰੇ ਗਾਉਣ ਦਾ ਬਸ ਛੋਟੇ ਮੋਟੇ ਆਪਣੇ ਰਿਸ਼ਤੇਦਾਰਾਂ ਦੇ ਫੰਕਸ਼ਨਾਂ 'ਚ ਛੋਟਾ ਮੋਟਾ ਬਸ ਗਾਈਦਾ ਜ਼ਿਆਦਾ ਇੰਟਰਨੈਸ਼ਨਲ ਨਹੀਂ ਕਦੇ ਵੀ ਅੱਛਾ ਤੇ ਕਿਹੜੇ ਸਿੰਗਰ ਨੂੰ ਜ਼ਿਆਦਾ ਪਸੰਦ ਕਰਦੇ ਹੋ ਮੈਂ ਉਸਤਾਦ ਨੁਸਰਤ ਫਤਿਹ ਅਲੀ ਸਾਹਿਬ ਨੂੰ ਪਸੰਦ ਕਰਨਾ ਜ਼ਿਆਦਾ ਅੱਜ ਫਿਰ ਸਾਨੂੰ ਕੀ ਸੁਣਾਓਗੇ ਮੈਂ ਉਹਨਾਂ ਦਾ ਗਾਣਾ ਸੁਣਾਉਣਾ ਚਾਹੁੰਦਾ ਚਲੋ ਠੀਕ ਹੈ ਸੁਣਾਓ ਤੂੰ ਮੈਨੂੰ ਸੋਚਾਂ ਦੀਆਂ ਦੇ ਗਿਆ ਸੁਗਤਾਂ ਸੁਖ ਮਾਹੀ ਨਾਲ ਲੈ ਗਿਆ ਹਏ ਸੁਖ ਮਾਹੀ ਨਾਲ ਲੈ ਗਿਆ ਨਾਲ ਦੁੱਖਾਂ ਦੇ ਓ ਨਾਲ ਦੁੱਖਾਂ ਦੇ ਕਰਾ ਕੇ ਮੁਲਾਕਾਤਾਂ ਸੁਖ ਮਾਹੀ ਨਾਲ ਲੈ ਗਿਆ ਮੈਨੂੰ ਸੋਚਾਂ ਦੀਆਂ ਦੇ ਗਿਆ ਸੁਗਾਤਾਂ ਰੋਂਦੇ ਰਹਿੰਦੇ ਨੈਣ ਨੂੰ ਮਾਣੇ ਜਿਸ ਨੂੰ ਲੱਗਦੀ ਉਹ ਜਾਣੇ ਰੋਂਦੇ ਰਹਿੰਦੇ ਨੈਣ ਨੂੰ ਮਾਣੇ ਜਿਸ ਨੂੰ ਲੱਗਦੀ ਉਹ ਜਾਣੇ ਕੌਣ ਕਿਸੇ ਦਾ ਦਰਦ ਵੰਡਾਵੇ ਯਾਰ ਕਿਸੇ ਦਾ ਦੂਰ ਨਾ ਜਾਵੇ ਉਹ ਨਿੱਤ ਅੱਖਾਂ ਵਿੱਚ ਉਹ ਨਿੱਤ ਅੱਖਾਂ ਵਿੱਚ ਲੰਘਦੀਆਂ ਰਾਤਾਂ ਸੁਖ ਮਾਹੀ ਨਾਲ ਲੈ ਗਿਆ ਮੈਨੂੰ ਸੋਚਾਂ ਦੀਆਂ ਦੇ ਗਿਆ ਸੁਗਾਤਾਂ ਕੀ ਨਾਮ ਹੈ ਤੁਹਾਡਾ ਨੋਇਲ 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 ਕੀ ਕਰਦੇ ਹੋ ਮੈਂ ਟੇਲਰ ਹਾਂ ਟੇਲਰ ਹਾਂ ਤੇ ਸਿੰਗਿੰਗ ਸਿੱਖਣਾ ਸ਼ੁਰੂ ਕੀਤੀ ਕਿਤੇ ਜੀ ਬਸ ਸ਼ੌਕ ਵੀ ਹੈ ਔਰ ਘਰ ਸੇ ਅੱਬੂ ਸੇ ਵੀ ਸਿੱਖਤੇ ਹੈ ਅੱਛਾ ਹਾਂਜੀ ਮਤਲਬ ਅੱਬੂ ਹੀ ਉਸਤਾਦ ਹੀ ਨੇ ਤੁਹਾਡੇ ਹਾਂਜੀ ਅੱਬੂ ਕੀ ਗਾਉਂਦੇ ਨੇ ਹਾਂਜੀ ਕੀ ਗਾਉਂਦੇ ਅੱਛਾ ਮਤਲਬ ਉਹ ਪ੍ਰੋਫੈਸ਼ਨਲ ਸਿੰਗਰ ਬਸ ਹੈ ਹੀ ਹਮਾਰੇ ਮਤਲਬ ਕਿ ਜੋ ਕੰਟਰੀ ਉਸਕੇ ਹਿਸਾਬ ਸੇ ਉਹ ਹੈ ਪ੍ਰੋਫੈਸ਼ਨਲ ਹਾਂਜੀ ਤੇ ਮਤਲਬ ਅੱਬੂ ਕੋ ਇਨਸਪੀਰੇਸ਼ਨ ਲੈਤੀ ਹੈ ਤੁਸੀਂ ਜਾਂ ਕੋਈ ਸਿੰਗਰ ਤੁਹਾਨੂੰ ਬੜਾ ਪਸੰਦ ਹੀ ਗਾਸ ਮੁਝੇ ਹਾਂਜੀ ਪਸੰਦ ਹੈ ਕਿਹੜਾ ਸਿੰਗਰ ਪਸੰਦ ਹੈ ਜੇ ਰਾਹਤ ਫਤਿਹ ਅਲੀ ਖਾਨ ਪਸੰਦ ਹੈ ਤੇ ਅੱਜ ਸਾਨੂੰ ਰਾਹਤ ਫਤਿਹ ਅਲੀ ਖਾਨ ਦਾ ਸੁਣਾਓਗੇਗਾ ਜੀ ਹਾਂਜੀ ਮੈਂ ਤੈਨੂੰ ਸਮਝਾਵਾਂ ਕੀ ਨਹੀਂ ਤੇਰੇ ਵਜੋਂ ਲੱਗਦਾ ਜੀ ਮੈਂ ਤੈਨੂੰ ਸਮਝਾਵਾਂ ਕੀ ਨਹੀਂ ਤੇਰੇ ਵਜੋਂ ਲੱਗਦਾ ਜੀ
ਤੂੰ ਕੀ ਜਾਣੇ ਪਿਆਰ ਮੇਰਾ ਮੈਂ ਕਰਾਂ ਇੰਤਜ਼ਾਰ ਤੇਰਾ ਤੂੰ ਦਿਲ ਤੂੰ ਜਾਣ ਮੇਰੀ ਮੈਂ ਤੈਨੂੰ ਸਮਝਾਵਾਂ ਕੀ ਨਹੀਂ ਤੇਰੇ ਬਾਜੋਂ ਲੱਗਦਾ ਜੀ ਮੇਰੇ ਦਿਲ ਵਿੱਚ ਰਹਿ ਕੇ ਮੇਰੇ ਦਿਲ ਦਾ ਹਾਲ ਨਾ ਜਾਣੇ ਤੇਰੇ ਬਾਜੋਂ ਕੱਲਿਆਂ ਬਹਿ ਕੇ ਰੋਂਦੇ ਨੈਣ ਨੂੰ ਮਾਣੇ ਜੀਣਾ ਮੇਰਾ ਹੈ ਮਰਨਾ ਮੇਰਾ ਨਾਲ ਤੇਰੇ ਸੀ ਤੂੰ ਕਰ ਐਤਬਾਰ ਮੇਰਾ ਮੈਂ ਕਰਾਂ ਇੰਤਜ਼ਾਰ ਤੇਰਾ ਤੂੰ ਦਿਲ ਤੂੰ ਜਾਣ ਮੇਰੀ ਮੈਂ ਤੈਨੂੰ ਸਮਝਾਵਾਂ ਕੀ ਨਹੀਂ ਤੇਰੇ ਬਾਜੋਂ ਲੱਗਦਾ ਜੀ ਜੀ ਜਨਾਬ ਹੋਰ ਅੱਛਾ ਹੁਣ ਸਾਡੇ ਨਾਲ ਇੱਕ ਲੜਕੀ ਹੈਗੀ ਹੈ ਅਤੇ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਨਾਮ ਹੈ ਮੈਂ ਵਿਸ਼ ਪੜ੍ਹਦੀ ਹਾਂ ਜੀ ਕਿੰਨਵੀਂ 'ਚ ਟੈਂਥ ਕਲਾਸ ਇੰਨੀ ਛੋਟੀ ਉਮਰ 'ਚ ਗਾਉਣ ਦਾ ਸ਼ੌਕ ਆ ਗਿਆ ਹਾਂਜੀ ਬਸ ਸ਼ੌਕ ਅਤੇ ਸਿੱਖਣਾ ਵੀ ਸ਼ੁਰੂ ਕੀਤਾ ਜਾਂ ਬਸ ਸ਼ੌਕ ਨਾਲ ਹੀ ਗਾ ਲੈਂਦੇ ਸਿੱਖਦੇ ਪਏ ਹਾਂ ਅੱਛਾ ਕਿਸੇ ਅਕੈਡਮੀ ਦੇ ਥਰੂ ਨਹੀਂ ਬਾਈ ਨੇ ਤਾਂ ਉਸ ਹਾਂਜੀ ਅੱਛਾ ਅਤੇ ਅੱਜ ਸਾਨੂੰ ਕੀ ਸੁਣਾਓਗੇ ਗਾਣਾ ਨਹੀਂ ਕਿੱਦਾਂ ਵੈਸੇ ਮੋਬਾਈਲ 'ਤੇ ਸੁਣਿਆ ਸੁਣਾਓ ਅੱਛਾ ਮੋਬਾਈਲ 'ਤੇ ਸੁਣਿਆ ਸੀ ਉਹ ਸੁਣਾਓਗੇ ਚਲੋ ਫਿਰ ਠੀਕ ਹੈ ਸੁਣਾਓਗੇ ਜਾ ਵੇਰੀਆ ਲੈ ਕੇ ਨਾ ਦਿੱਤਾ ਤੂੰ ਦੁਪੱਟਾ ਲੈਰੀਆ ਜਾ ਵੇਰੀਆ ਨੈਣਾ ਵਾਲਿਆ ਦਿਲ ਦੇ ਕਾਲਿਆ ਭੁੱਲ ਹੋਈ ਤੇਰੇ ਨਾਲ ਪਿਆਰ ਮੈਂ ਪਾਲਿਆ ਪਿੰਡ ਦੀ ਕੁੜੀ ਮੈਂ ਵੇ ਤੂੰ ਮੁੰਡਾ ਸ਼ਹਿਰੀਆ ਜਾ ਵੇਰੀਆ ਬਹੁਤ ਸ਼ੁਕਰੀਆ ਦੇਖਿਆ ਨਾ ਅਸੀਂ ਪਾਕਿਸਤਾਨ 'ਚ ਟੈਲੈਂਟ ਦੀ ਕਮੀ ਨਹੀਂ ਅਤੇ ਅੱਜ ਅਸੀਂ ਬੜਾ ਅੱਛਾ ਕੀਤਾ ਇਸ ਬਸਤੀ 'ਚ ਆ ਕੇ ਕਿਉਂਕਿ ਕਾਫੀ ਸਾਰੇ ਸਿੰਗਰ ਸਾਨੂੰ ਇੱਥੋਂ ਮਿਲ ਜਾਣਗੇ ਅਤੇ ਵੇਖਦੇ ਹਾਂ ਹੁਣ ਅਗਲਾ ਕਿਹੜਾ ਟੈਲੈਂਟ ਹੈ ਸਾਡੇ ਨਾਲ ਕੀ ਨਾਮ ਹੈ ਸਵੇਰਾ ਅੱਛਾ ਸਵੇਰਾ ਨੇ ਦੱਸਿਆ ਕਿ 9th ਕਲਾਸ ਦੀ ਸਟੂਡੈਂਟ ਹੈ ਕਾਫੀ ਛੋਟੀ ਉਮਰ 'ਚ ਸ਼ੌਕ ਆ ਗਿਆ ਗਾਉਣ ਦਾ ਹੈ ਨਾ ਅਤੇ ਗਾਣਾ ਸਿੱਖਣਾ ਵੀ ਸ਼ੁਰੂ ਕੀਤਾ ਜਾਂ ਬਸ ਅਸੀਂ ਸ਼ੁਰੂ ਕੀਆ ਤੋ ਅੱਜ ਕੱਲ੍ਹ ਅੱਛਾ ਕਿੰਨੇ ਅਰਸੇ ਤੋਂ ਸਿੱਖਣਾ ਸ਼ੁਰੂ ਕੀਤਾ ਹੈ ਅਭੀ ਨਿਆ ਠੀਕ ਹੈ ਅਤੇ ਅੱਜ ਫਿਰ ਕੀ ਸੁਣਾਓਗੇ ਗਾਣਾ ਕਿੱਦਾਂ
ਨੂਰਜਹਾਨ। ਅੱਛਾ ਇੰਨਾ ਮੁਸ਼ਕਿਲ ਗਾ ਲੋਗੇ? ਚਲੋ ਫਿਰ ਸੁਣਾਓ। ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ, ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਤੇ ਕੰਨਾਂ ਵਿੱਚ ਪਾ ਦੇ, ਮੈਂ ਤੇਰੇ ਕੁਰਬਾਨ ਸੋਨਿਆ, ਮੈਂ ਤੇਰੇ ਕੁਰਬਾਨ ਸੋਨਿਆ। ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ ਰੇਸ਼ਮੀ ਪਰਾਂਦਾ, ਮੈਨੂੰ ਲੈ ਦੇ ਖੱਟੇ ਰੰਗ ਦਾ ਖੁੱਸਾ ਤਿੱਲੇ ਦਾ, ਰੇਸ਼ਮੀ ਪਰਾਂ ਦਾ ਮੈਨੂੰ ਲੈ ਦੇ ਖੱਟੇ ਰੰਗ ਦਾ ਖੁੱਸਾ ਤਿੱਲੇਦਾਰ, ਮਾਇਆ ਲੈ ਦੇ ਮੈਨੂੰ ਚੰਗ ਦਾ। ਨਾਲੇ ਫੁੱਲਾਂ ਵਾਲੀ ਕੁੜਤੀ ਸਵਾ ਦੇ, ਨਾਲੇ ਫੁੱਲਾਂ ਵਾਲੀ ਕੁੜਤੀ ਸਵਾ ਦੇ, ਤੇਰੀ ਜ ਮੇਰੀ ਲਾ ਦੇ, ਮੈਂ ਤੇਰੇ ਕੁਰਬਾਨ ਸੋਨਿਆ, ਮੈਂ ਤੇਰੇ ਕੁਰਬਾਨ ਸੋਨਿਆ। ਮੈਨੂੰ ਸੋਨੇ ਦੀਆਂ ਡੰਡੀਆਂ ਲਿਆ ਦੇ। ਹੋਰ ਕੀ ਗਾਣਾ ਹੁੰਦਾ? ਉਹ ਸਭ ਨੇ ਚੂਜ਼ ਕੀਤਾ ਹੈ। ਅੱਛਾ, ਤੂੰ ਸਜਣਾ ਰੱਬ ਦੇ ਨਾਂ ਵਰਗਾ, ਤੇ ਆਉਂਦੇ ਜਾਂਦੇ ਸਾਂ ਵਰਗਾ, ਤੂੰ ਸਜਣਾ ਰੱਬ ਦੇ ਨਾਂ ਵਰਗਾ, ਤੇ ਆਉਂਦੇ ਜਾਂਦੇ ਸਾਂ ਵਰਗਾ, ਤੈਨੂੰ ਪਾਉਣ ਲਈ ਅਸੀਂ ਵੇ ਸਜਣਾ, ਵੇ ਤੈਨੂੰ ਪਾਉਣ ਲਈ ਅਸੀਂ ਵੇ ਸਜਣਾ, ਕਰਕੇ ਨਹੀਂ ਸਕਦੇ ਤੇਰੇ ਬਿਨੂੰ ਮਰ ਤਾਂ ਸਕਦੇ ਹਾਂ, ਤੇਰੇ ਬਿਨ ਜੀ ਨਹੀਂ ਸਕਦੇ, ਤੇਰੇ ਬਿਨੂੰ ਮਰ ਤਾਂ ਸਕਦੇ ਹਾਂ, ਤੇਰੇ ਬਿਨ ਜੀ ਨਹੀਂ ਸਕਦੇ। ਜਾਣ ਲੱਗਨੇ ਇੱਕ ਵਾਰੀ ਤੂੰ ਨੈਣ ਮਿਲਾਏਣਾ, ਵੇ ਕਿਉਂ ਦੱਸ ਮੇਰੇ ਹੰਝੂ ਤੈਨੂੰ ਚੇਤੇ ਆਏਣਾ, ਕੀ ਕਰੀਏ ਤੈਨੂੰ ਵੱਖ ਸੱਜਣਾ, ਹਾਏ ਕਰੀਏ ਤੈਨੂੰ ਵੱਖ ਸੱਜਣਾ, ਕਰ ਵੀ ਨਹੀਂ ਸਕਦੇ ਤੇਰੇ ਬਿਨ ਮਰ ਤਾਂ ਸਕਦੇ ਹਾਂ, ਤੇਰੇ ਬਿਨ ਜੀ ਨਹੀਂ ਸਕਦੇ, ਤੇਰੇ ਬਿਨ ਮਰ ਤਾਂ ਸਕਦੇ ਹਾਂ, ਤੇਰੇ ਬਿਨ ਜੀ ਨਹੀਂ ਸਕਦੇ। ਕੀ ਨਾਮ ਹੈ? ਇਕਰਾ। ਇਕਰਾ ਕਿੰਨਵੀਂ 'ਚ ਪੜ੍ਹਦੇ ਹੋ? ਦਸਵੀਂ 'ਚ। ਦਸਵੀਂ 'ਚ? ਅੱਛਾ, ਮੇਰੇ ਖਿਆਲ ਨਾਲ ਤੁਸੀਂ ਸਾਰੇ ਕਲਾਸ ਵੱਲ ਗਏ ਹੋ, ਹੈ ਨਾ? ਹਾਂਜੀ। ਅੱਛਾ, ਇੱਕ ਅਕੈਡਮੀ 'ਚ ਇਕੱਠੇ ਸਟੂਡੈਂਟ ਨੇ ਜਾਂ ਸਕੂਲ 'ਚੋਂ ਆਏ? ਸਕੂਲ 'ਚ। ਸਕੂਲ ਦੇ ਦੋਸਤ? ਠੀਕ ਹੈ, ਅਤੇ ਅੱਜ ਫਿਰ ਕਿਹੜਾ ਗਾਣਾ ਸੁਣਾਓਗੇ? ਮਾਈਆ ਤੇਰੇ ਪਿਆਰ ਮੈਨੂੰ ਮਾਰ ਮੁਕਾਇਆ। ਓਏ ਇੰਨਾ ਮੁਸ਼ਕਿਲ? ਚਲੋ ਠੀਕ ਹੈ, ਸੁਣਾਓ। ਮਾਈਆ ਤੇਰੇ ਪਿਆਰ ਮੈਨੂੰ ਮਾਰ ਮੁਕਾਇਆ, ਮਾਈਆ ਤੇਰੇ ਪਿਆਰ ਮੈਨੂੰ ਮਾਰ ਮੁਕਾਇਆ, ਚੰਗਾ ਵੇ ਤੂੰ ਮਿੱਠਾ ਮਿੱਠਾ ਰੋਗ ਮੈਨੂੰ ਲਾਇਆ, ਦਿਨੇ ਤੜੇ ਪਾਇਆ ਸਾਰੀ ਰਾਤ ਜਗਾਇਆ,
ਮਾਇਆ ਤੇਰੇ ਪਿਆਰ ਮੈਨੂੰ ਮਾਰ ਮੁਕਾਇਆ ਹਰ ਵੇਲੇ ਅੱਖੀਆਂ ਨੂੰ ਰਹਿਣ ਭੁੱਖਾ ਤੇਰੀਆਂ ਵੇ ਸਾਵਰੇ ਤੋਂ ਮਦ ਲਈਆਂ ਸੋਚਾਂ ਕਿਵੇਂ ਮੇਰੀਆਂ ਵੇ ਚੰਗਾ ਮੈਨੂੰ ਪਿੱਛੇ ਪਿੱਛੇ ਆਪਣੇ ਤੁਲਾਈ ਦਿਨ ਤੜ ਪਾਇਆ ਸਾਰੀ ਰਾਤ ਜਗਾਈ ਮਾਇਆ ਤੇਰੇ ਪਿਆਰ ਮੈਨੂੰ ਮਾਰ ਮੁਕਾਈ ਜੀ ਤੁਹਾਡਾ ਕੀ ਨਾਮ ਹੈ ਫਰਿਆਦ ਫਰਿਆਦ ਸਾਹਿਬ ਕੀ ਕਰਦੇ ਹੋ ਤੁਸੀਂ ਮੈਂ ਸਿਲਾਈ ਦਾ ਸਿਲਾਈ ਦਾ ਕੰਮ ਕਰਦੇ ਹੋ ਤੇ ਗਾਣਾ ਸਿੱਖਦੇ ਹੋ ਜਾਂ ਵੈਸੇ ਸ਼ੌਕੀਆ ਸ਼ੌਕ ਹੈ ਸ਼ੌਕ ਹੈਗਾ ਕਾਰ 'ਚ ਗੁਣਗੁਣਾਉਂਦੇ ਹੋ ਜਾਂ ਬਾਥਰੂਮ ਸਿੰਗਰ ਨਹੀਂ ਕਾਰ 'ਚ ਤਨਵੀਰ ਸਾਹਿਬ ਦੀ ਮਿਹਰਬਾਨੀ ਅੱਛਾ ਅੱਛਾ ਮਤਲਬ ਤਨਵੀਰ ਸਾਹਿਬ ਕੋਲ ਆ ਕੇ ਸਿੱਖਦੇ ਹੋ ਤੁਸੀਂ ਬਸ ਉਹੀ ਸਾਨੂੰ ਮਤਲਬ ਗਾਈਡ ਕਰਦੇ ਨੇ ਤੇ ਕਿੰਨੇ ਅਰਸੇ ਤੋਂ ਇਹ ਸ਼ੌਕ ਪੂਰਾ ਕਰ ਰਹੇ ਹੋ ਤਕਰੀਬਨ ਕੋਈ 8-10 ਸਾਲ ਅੱਠ ਦਸ ਸਾਲ ਤੋਂ ਫਿਰ ਤੇ ਤੁਸੀਂ ਚੰਗਾ ਸੁਣਾਓਗੇ ਸਾਨੂੰ ਕੁਛ ਨਾ ਕੁਛ ਇੰਨਾ ਅੱਛਾ ਨਹੀਂ ਲੇਕਿਨ ਕੋਸ਼ਿਸ਼ ਕਰਾਂਗਾ ਤੇ ਵੈਸੇ ਕਿਹੜੇ ਸਿੰਗਰ ਨੂੰ ਜ਼ਿਆਦਾ ਸ਼ੌਕ ਨਾਲ ਸੁਣਦੇ ਹੋ ਮੈਂ ਤੇ ਮਾਸਟਰ ਸਲੀਮ ਨੂੰ ਸੁਣਨਾ ਲੇਕਿਨ ਅਚਾਨਕ ਮੈਨੂੰ ਪਤਾ ਲੱਗਾ ਫਿਰ ਮੈਂ ਨਸੀਬੋ ਦਾ ਕੀਤਾ ਹੁਣ ਤੁਸੀਂ ਸਾਨੂੰ ਨਸੀਬੋ ਦਾ ਸੁਣਾਓਗੇ ਚਲੋ ਫਿਰ ਸੁਣਨੇ ਆ ਤੁਹਾਡੇ ਕੋਲ ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸਜਣਾ ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸਜਣਾ ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ ਕੋਈ ਆਪਣਾ ਹੋਵੇ ਤੇ ਦੁੱਖ ਸੁੱਖ ਵੰਡਦਾ ਕੋਈ ਆਪਣਾ ਹੋਵੇ ਤੇ ਦੁੱਖ ਸੁੱਖ ਵੰਡਦਾ ਕਿਸੇ ਗੈਰ ਉੱਤੇ ਕਰੀਏ ਕੀ ਮਾਨ ਸਜਣਾ ਕਦੀ ਸਾਡਾ ਵੀ ਤੇ ਬਣ ਮਹਿਮਾਨ ਸਜਣਾ ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸਜਣਾ ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ ਇੱਕ ਦੂਜੇ ਦਾ ਕਦੀ ਨਾ ਦਿਲ ਤੋੜੀਏ ਮੁਖ ਸਜਣਾ ਤੋਂ ਕਦੀ ਵੀ ਨਾ ਮੋੜੀਏ ਮੁਖ ਦਿਸੇ ਨਾ ਤੇ ਰਾਤੀ ਨਹੀਂ ਉਹ ਦਿਨ ਚੜ੍ਹਦਾ ਮੁਖ ਦਿਸੇ ਨਾ ਤੇ ਰਾਤੀ ਨਹੀਂ ਉਹ ਦਿਨ ਚੜ੍ਹਦਾ ਤੇਰੇ ਦਮ ਨਾਲ ਜਾਣ ਵਿੱਚ ਜਾਨ ਸਜਣਾ ਵੱਖਰੇ ਕੇ ਨਾ ਕਰ ਪਰੇਸ਼ਾਨ ਸਜਣਾ ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸਜਣਾ ਇੱਕ ਦਿਨ ਛੱਡ ਜਾਣਾ ਏ ਜਹਾਨ ਸਜਣਾ ਅੱਛਾ ਜੀ ਸਾਡੇ ਕੋਲ ਸਟੂਡੈਂਟ ਪ੍ਰੋਫੈਸ਼ਨਲ ਕਾਫੀ ਸਾਰੇ ਮਤਲਬ ਜਿਨ੍ਹਾਂ ਦਾ ਕੋਈ ਜੋਬ ਸ਼ੋਪ ਕਰਦੇ ਨੇ ਜਾਂ ਕੋਈ ਕੰਮ ਕਰਦੇ ਨੇ ਉਹ ਵੀ ਦੇਖੋ ਸਿੰਗਿੰਗ ਵਾਸਤੇ ਆਏ ਨੇ ਅੱਛਾ ਚਲੋ ਵੇਖਦੇ ਹੁਣ ਸਾਡੇ ਨਾਲ ਕਿਹੜਾ ਟੈਲੈਂਟ ਮੌਜੂਦ ਹੈ ਅਸਲਾਮ ਅਲੈਕੁਮ ਅਸਲਾਮ ਕੀ ਨਾਮ ਹੈ ਤੁਹਾਡਾ ਸਾਜਿਦ ਤੁਸੀਂ ਕੀ ਕਰਦੇ ਹੋ ਮੈਂ ਮੈਡੀਕਲ ਦਾ ਕੋਰਸ ਕਰਦਾ ਹਾਂ ਅੱਛਾ ਤੇ ਵੈਸੇ ਪੜ੍ਹਦੇ ਹੋ ਜੀ ਕਿਨਵੇਂ ਚ ਮੈਂ ਥਰਡ ਈਅਰ ਚ ਪੜ੍ਹ ਰਿਹਾ ਹਾਂ ਥਰਡ ਈਅਰ ਚ ਤੇ ਨਾਲ ਕੋਰਸ ਕਰ ਰਹੇ ਹੋ ਕਿਸੇ ਫਾਰਮੇਸੀ ਤੋਂ ਹਾਂਜੀ ਸ਼ਾਲੀਮਾਰ ਹਸਪਤਾਲ ਅੱਛਾ ਹਸਪਤਾਲ
ਤੇ ਕੀ ਤੁਸੀਂ ਅਕੈਡਮੀ ਚ ਸਿੱਖਣਾ ਸ਼ੁਰੂ ਕੀਤਾ? ਨਹੀਂ ਨਹੀਂ, ਕੁਦਰਤੀ ਫਨ ਨੇ, ਮੈਂ ਬਚਪਨ ਤੋਂ ਹੀ ਗਾਉਂਦਾ ਹਾਂ। ਅੱਛਾ, ਕੁਦਰਤੀ, ਠੀਕ ਹੈ। ਦੇਖਨੇ ਅੱਜ ਤੁਸੀਂ ਆਪਣੇ ਫਨ ਦਾ ਮੁਜ਼ਾਹਰਾ ਕਿਸ ਤਰ੍ਹਾਂ ਦਾ ਕਰਦੇ ਹੋ, ਕੀ ਸੁਣਾਓਗੇ? ਮੈਂ ਉਸਤਾਦ ਮਸੂਦ ਰਾਣਾ ਸਾਹਿਬ ਦਾ ਗਾਣਾ ਸੁਣਾਵਾਂਗਾ ਆਪਣੀ ਆਵਾਜ਼ 'ਚ। ਕੌਨਫੀਡੈਂਟ ਬੜੇ ਹੀ ਹੋ ਤੁਸੀਂ, ਦੇਰ ਨਾ ਗਾਉਂਦੇ ਕਿ ਹੋ ਜਾ। ਚਲੋ ਹੈਲੋ ਸਰ। ਕੱਲਾ ਬੰਦਾ ਹੋਵੇ ਭਾਵੇਂ ਕੱਲਾ ਦੁੱਖ ਨੀ, ਦੋਨਾਂ ਕੱਲਿਆਂ ਨੂੰ ਹੁੰਦਾ ਬੜਾ ਦੁੱਖ ਨੀ। ਕੱਲਾ ਬੰਦਾ ਹੋਵੇ ਭਾਵੇਂ ਕੱਲਾ ਦੁੱਖ ਨੀ, ਦੋਨਾਂ ਕੱਲਿਆਂ ਨੂੰ ਹੁੰਦਾ ਬੜਾ ਦੁੱਖ ਨੀ। ਤੂੰ ਕੱਲੀ ਕੱਲੀ ਕਿੱਥੇ ਚੱਲੀਏ, ਕਿੱਥੇ ਚੱਲੀਏ ਨੀ, ਜ਼ਰਾ ਠਹਿਰ ਜਾ, ਠਹਿਰ ਜਾ ਗੋਰੀਏ, ਠਹਿਰ ਜਾ। ਕੱਲਾ ਬੰਦਾ ਹੋਵੇ ਭਾਵੇਂ ਕੱਲਾ ਦੁੱਖ ਨੀ, ਦੋਨਾਂ ਕੱਲਿਆਂ ਨੂੰ ਹੁੰਦਾ ਬੜਾ ਦੁੱਖ ਨੀ। ਚੱਲ ਪਿਆ ਮਿੱਠਾ ਮਿੱਠਾ ਝਗੜਾ ਪਿਆਰ ਦਾ, ਉੱਚੇ ਲੰਮੇ ਗੱਭਰੂ ਤੇ ਇੱਕ ਉੱਤੇ ਯਾਰ ਦਾ। ਚੱਲ ਪਿਆ ਮਿੱਠਾ ਮਿੱਠਾ ਝਗੜਾ ਪਿਆਰ ਦਾ, ਉੱਚੇ ਲੰਮੇ ਗੱਭਰੂ ਤੇ ਇੱਕ ਮੋਟੇ ਯਾਰ ਦਾ। ਝੂਠੀ ਮੂਠੀ ਨਾ ਲੁਕਾ ਸਾ ਤੋਂ ਮੁੱਖ ਨੀ, ਸਾਨੂੰ ਹੁੰਦਾ ਬੜਾ ਦੁੱਖ ਨੀ। ਤੂੰ ਕੱਲੀ ਕੱਲੀ ਕਿੱਥੇ ਚੱਲੀਏ, ਕਿੱਥੇ ਚੱਲੀਏ ਨੀ, ਜ਼ਰਾ ਠਹਿਰ ਜਾ, ਠਹਿਰ ਜਾ ਗੋਰੀਏ, ਠਹਿਰ ਜਾ। ਕੱਲਾ ਬੰਦਾ ਹੋਵੇ ਭਾਵੇਂ ਕੱਲਾ ਦੁੱਖ ਨੀ, ਦੋਨਾਂ ਕੱਲਿਆਂ ਨੂੰ ਹੁੰਦਾ ਬੜਾ ਦੁੱਖ ਨੀ। ਬਹੁਤ ਵਧੀਆ, ਬੜੇ ਜੋਲੀ ਜੇ ਗਏ ਸਨ, ਹੈ ਨਾ। ਅੱਛਾ ਚਲੋ, ਵੇਖਦੇ ਹਾਂ ਕਿ ਹੁਣ ਅਗਲਾ ਕਿਹੜਾ ਟੈਲੈਂਟ ਹੈ ਸਾਡੇ ਨਾਲ, ਤੇ ਉਹ ਸਾਨੂੰ ਕੀ ਸੁਣਾਉਣਗੇ ਜੀ? ਕੀ ਨਾਮ ਹੈ? ਚਾਂਦ ਗੌਰੀ। ਚਾਂਦ ਗੌਰੀ, ਅੱਛਾ ਹਾਂਜੀ, ਚਾਂਦ ਅਸਲ ਨਾਮ ਹੀ ਹੈ? ਠੀਕ ਹੈ। ਤੇ ਕੀ ਤੁਸੀਂ ਸਿੰਗਿੰਗ ਦੇ ਸਟੂਡੈਂਟ ਹੀ ਗਏ ਹੋ? ਨਹੀਂ, ਬਸ ਐਂ ਜੀ ਵੇਖ ਵੇਖ ਕੇ ਗਾਣਿਆਂ ਤੋਂ ਸਿੱਖ ਲਏ। ਤੇ ਹੁਣ ਤਾਂ ਕਿਹਨੂੰ ਕਿਹਨੂੰ ਵੇਖਿਆ ਫਿਰ? ਹੁਣ ਸਾਰੇ ਮੇਰੇ ਭੈਣ ਭਾਈ ਨੇ, ਜਿਹਨਾਂ ਨੇ ਸਾਰਿਆਂ ਨੇ ਵੇਖੀ। ਤੇ ਕੀ ਸੁਣਾਓਗੇ? ਮੈਂ ਗਾਣਾ ਸੁਣਾਵਾਂਗਾ, ਮੈਂ ਜੀਣਾ ਤੇਰੇ ਨਾਲ, ਜੀਵਾਂ ਦਿਨ ਚਾਰ ਭਾਵੇਂ ਜੀਵਾਂ ਸੌ ਸਾਲ। ਕਿਹੜੇ ਸਿੰਗਰ ਨੂੰ ਜ਼ਿਆਦਾ ਸ਼ੌਕ ਨਾਲ ਸੁਣਦੇ ਹੋ? ਰਾਹਤ। ਰਾਹਤ ਫਤਿਹ ਅਲੀ ਖਾਨ, ਅੱਛਾ। ਤੇ ਇਹ ਜਿਹੜਾ ਗਾਣਾ ਗਾਓਗੇ, ਇਹ ਕਿੰਨਾ ਦਾ ਹੈਗਾ? ਮੈਨੂੰ ਇਹ ਗਾਣਾ ਪਸੰਦ ਹੈ, ਮੈਂ ਇਸ ਤੋਂ ਗਾ ਰਿਹਾ, ਪਸੰਦ ਮੈਨੂੰ ਸਿੰਗਰ ਰਾਹਤ। ਅੱਛਾ ਅੱਛਾ, ਚਲੋ ਠੀਕ ਹੈ, ਸੁਣਾਓ। ਮਾਨ ਚੰਨਾ ਮੈਨੂੰ ਆਪਣੀ ਵਫਾ ਤੇਰੀ, ਮੈਂ ਡੋਰੀ ਸੁੱਟੀ ਆਪਣੇ ਖੁਦਾ ਤੇ। ਮਾਨ ਚੰਨਾ ਮੈਨੂੰ ਆਪਣੀ ਵਫਾ ਤੇਰੀ। ਚਾਂਦ ਨੂੰ ਕਿਹੜਾ ਚਾਂਦ ਯਾਦ ਆ ਗਿਆ ਸੀ ਭੈਣ ਭਰਾਵਾਂ ਨੂੰ ਵੇਖ ਵੇਖ ਕੇ? ਕਿੰਨਾ ਕਰਦੇ ਹਾਂ ਪਿਆਰ ਜੇ ਤੂੰ ਪੁੱਛਦਾ ਏ ਯਾਰਾ, ਕਿੰਨਾ ਕਰਦੇ ਆ ਪਿਆਰ ਜੇ ਤੂੰ ਪੁੱਛਦਾ ਏ ਯਾਰਾ। ਤੂੰ ਤੇ ਸਾਹਾਂ ਤੋਂ ਵੀ ਨੇੜੇ, ਤੂੰ ਤੇ ਜਾਂ ਤੋਂ ਵੀ ਪਿਆਰਾ, ਤੂੰ ਤੇ ਸਾਹਾਂ ਤੋਂ ਵੀ ਨੇੜੇ, ਤੂੰ ਤੇ ਜਾਂ ਤੋਂ ਵੀ ਪਿਆਰਾ। ਰਹੀਏ ਹਰ ਵੇਲੇ ਤੇਰਿਆਂ ਖਿਆਲਾਂ ਵਿੱਚ ਖੋਏ, ਤੈਨੂੰ ਪਾ ਕੇ ਸਾਨੂੰ ਲੱਗੇ ਅਸੀਂ ਭਾਗਾਂ ਵਾਲੇ ਹੋਏ। ਰਹੀਏ ਹਰ ਵੇਲੇ ਤੇਰਿਆਂ ਖਿਆਲਾਂ ਵਿੱਚ ਖੋਏ, ਤੈਨੂੰ ਪਾ ਕੇ ਸਾਨੂੰ ਲੱਗੇ ਅਸੀਂ ਭਾਗਾਂ ਵਾਲੇ ਹੋਏ। ਸਾਡਾ ਤੇਰੇ ਨਾ ਜਹਾਨ ਤੂੰ ਹੀ ਜੀਣ ਦਾ ਸਹਾਰਾ, ਸਾਡਾ ਤੇਰੇ ਨਾ ਜਹਾਨ ਤੂੰ ਹੀ ਜੀਣ ਦਾ ਸਹਾਰਾ। ਤੂੰ ਤੇ ਸਾਹਾਂ ਤੋਂ ਵੀ ਨੇੜੇ,
ਤੂੰ ਤੇ ਜਾਂ ਤੂੰ ਵੀ ਪਿਆਰਾ ਤੂੰ ਤੇ ਸਾਹਾਂ ਤੂੰ ਵੀ ਨੇੜੇ ਤੂੰ ਤੇ ਜਾਂ ਤੂੰ ਵੀ ਪਿਆਰਾ ਥੈਂਕ ਯੂ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਨਾਮ ਹੈ ਨਿਦਾ ਬਿਨਿਆਮੀਨ ਨਿਦਾ ਬਿਨਿਆਮੀਨ ਬਿਨਿਆਮੀਨ ਕਿਦਾ ਨਾਮ ਪਾਪਾ ਕਾ ਅੱਛਾ ਬੜਾ ਔਖਾ ਜਿਹਾ ਨਾਮ ਹੈ ਅੱਛਾ ਕੀ ਪੜ੍ਹਦੇ ਹੋ ਤੁਸੀਂ ਵੀ ਹਾਂਜੀ ਫਸਟ ਈਅਰ ਦੇ ਸਟੂਡੈਂਟ ਫਸਟ ਈਅਰ 'ਚ ਅਤੇ ਸਿੰਗਿੰਗ ਸਿੱਖਣਾ ਸ਼ੁਰੂ ਕੀਤੀ ਜਾਂ ਬਸ ਗਾੜੀ ਸਾਡੇ ਉਸਤਾਦ ਤਨਵੀਰ ਖਾਨ ਸਾਹਿਬ ਸਲਾਮ ਖਾਨ ਸਾਹਿਬ ਉਹਨਾਂ ਕੋਲ ਸਿੱਖ ਰਹੇ ਹਾਂ ਕਿੰਨੇ ਅਰਸੇ ਤੋਂ ਬਚਪਨ ਤੋਂ ਹੀ ਬਚਪਨ ਤੋਂ ਆਉਣਾ ਸ਼ੁਰੂ ਕਰਤਾ ਸੀ ਅਤੇ ਕਿਹੜੇ ਸਿੰਗਰ ਨੂੰ ਜ਼ਿਆਦਾ ਸ਼ੌਕ ਨਾਲ ਸੁਣਦੇ ਸਾਰੇ ਅੱਛੇ ਨੇ ਲੇਕਿਨ ਜ਼ਿਆਦਾਤਰ ਜ਼ਿਆਦਾ ਗਾਣਾ ਕਿੱਦਾਂ ਗਾਉਂਦੇ ਆ ਸ਼ੌਕ ਨਾਲ ਅਜ਼ਰਾ ਜਹਾਨ ਅਜ਼ਰਾ ਜਹਾਨ ਦਾ ਅਤੇ ਅੱਜ ਵੀ ਸਾਨੂੰ ਉਹਨਾਂ ਦਾ ਗਾਣਾ ਸੁਣਾਓਗੇ ਬਿਲਕੁਲ ਚਲੋ ਜੀ ਲਾਇਆ ਲਾਇਆ ਮੈਂ ਲਾਇਆ 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 ਮੈਂ ਤੇਰੇ ਨਾਲ ਢੋਲਣਾ ਵੇ ਲਾਇਆ ਲਾਇਆ ਮੈਂ ਤੇਰੇ ਨਾਲ ਢੋਲਣਾ ਇੱਕ ਦਿਲ ਸੀਰਿਆ ਮੇਰੇ ਕੋਲ ਨਾ ਮੈਂ ਤੇ ਲੁੱਟੀ ਗਈਆਂ ਢੋਲਣਾ ਮੈਂ ਤੇ ਲੁੱਟੀ ਗਈਆਂ ਲਾਇਆਂ ਲਾਇਆਂ ਸਿਲੇ 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 ਪਿਆਰ ਦਾ ਅੱਛਾ ਚਲੋ ਫਿਰ ਸੁਣਾਓ ਢੋਲਾ ਵਿਗਲ ਸੁਨ ਢੋਲਾ ਢੋਲਾ ਵਿਕਮਲੀ ਦੇ ਢੋਲਾ ਚੜੀ ਸ਼ਿਕਰ ਦੁਪਹਿਰ ਕਦਾ ਲੈ ਨਾਏ ਤੂੰ ਵੈਰ ਚੜੀ ਸ਼ਿਕਰ ਦੁਪਹਿਰ ਕਦਾ ਲੈ ਨਾਏ ਤੂੰ ਵੈਰ ਬੈਠ ਬਿਕੁਲੇ ਦੇ ਥੱਲੇ ਦੁੱਖ ਭੋਲਾ ਢੋਲਾ ਵਿਗਲ ਸੁਨ ਢੋਲਾ ਢੋਲਾ ਜੀ ਬਹੁਤ ਸ਼ੁਕਰੀਆ ਬਹੁਤ ਅੱਛਾ ਗਾਇਆ ਤੁਸੀਂ ਹਰ ਕੋਈ ਕਹਿੰਦਾ ਇਹ ਸਾਡਾ ਫੋਕ ਸਟੂਡੀਓ ਸਾਡਾ ਮਾਣ ਹੈ ਇਹ ਸਾਡੀ ਇੱਜ਼ਤ ਹੈ ਇਹ ਸ਼ੌਕਤਰੀ ਦੀ ਇੱਜ਼ਤ ਹੈ ਵਾਲੇਕੁਮ ਸਲਾਮ ਕੀ ਨਾਮ ਹੈ ਮੇਰਾ ਨਾਮ ਜੌਨ ਜੋਸਫ ਜੋਸਫ ਜੌਨ ਜੋਸਫ ਅੱਛਾ ਕੀ ਸੁਣਾਓਗੇ ਸਾਨੂੰ ਮੈਂ ਨੁਸਰਤ ਸਾਹਿਬ ਜੀ ਦਾ ਗਾਣਾ ਜਾਨੀਆ ਤੇਰੇ ਵੀ ਨਹੀਂ ਲੱਗਦਾ ਮੇਰਾ ਢੋਲਣਾ ਅੱਛਾ ਠੀਕ ਹੈ ਅਤੇ ਸਿੱਖਿਆ ਆ ਸੁਣਾਓਗੇ ਜਾਂ ਵੈਸੇ ਸ਼ੌਕਿਆ ਹੋ ਤੁਸੀਂ ਅਲਹਮਦਾਜ ਟੀਚਰ ਮੇਰੇ ਵਾਲਦ ਸਾਹਿਬ ਤਬਲਾ ਨਵਾਜ਼ ਅਲਹਮਦਾਮ ਟੀਚਰ ਅਤੇ ਉਹਨਾਂ ਕੋਈ ਬਚਪਨ ਤੋਂ ਸਿੱਖ ਰਿਹਾ
ਤੇ ਬਸ ਕੋਸ਼ਿਸ਼ ਹੀ ਹੈ। ਤੇ ਵੈਸੇ ਕੀ ਕਰਦੇ ਹੋ ਗਾਣ ਦੇ ਇਲਾਵਾ? ਪਾਰਲਰ ਬਿਊਟੀਸ਼ੀਅਨ ਜੀ ਜੀ ਆਪਣਾ ਸੈਲੂਨ ਨਹੀਂ ਹੈ? ਠੀਕ ਹੈ, ਤੇ ਫਿਰ ਕਿਹੜਾ ਸੁਣਾਓਗੇ ਗਾਣਾ? ਤੇਰੇ ਬਿਨ ਨਹੀਂ ਲੱਗਦਾ। ਤੇਰੇ ਬਿਨ ਕਿਹਦਾ ਹੋ ਗਿਆ? ਮੁਸਰ ਸਾਹਿਬ ਦਾ। ਕਾਫੀ ਮੁਸ਼ਕਿਲ ਤੁਸੀਂ ਸਿੰਗਰ ਚੂਜ਼ ਕੀਤਾ ਆਪਣੇ ਵਾਸਤੇ, ਸਹੀ ਤਰ੍ਹਾਂ ਗਾ ਲਓਗੇ? ਚਲੋ ਠੀਕ ਹੈ। ਜਾਨੀਆਂ ਹਾਣੀਆਂ ਹੋ ਜਾਨੀਆਂ ਸਿੱਖ ਕਦੀ ਦੁੱਖ ਸੁੱਖ ਫੋਲਣਾ ਤੇਰੇ ਬਿਨ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ ਹੈ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ ਹੈ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ। ਇੰਜ ਕਾਲੇ ਬਦਲਾਂ ਤੋਂ ਸੀਨੇ ਵਿੱਚ ਅੱਗ ਲਾ ਕੇ ਲੰਘ ਗਈਆਂ ਕਈ ਬਰਸਾਤਾਂ, ਟੁਰ ਗਇਓ ਸਜਣਾ ਨੀਂਦ ਰੱਖੋ ਕੇ ਜਾਗ ਕੇ ਕੱਟੀਆਂ ਰਾਤਾਂ, ਆ ਵੀ ਜਾਣਾ ਸਦਾ ਵਾਸਤਾ ਪਿਆਰ ਦਾ, ਇਹ ਰੁੱਤਾਂ ਸੋਹਣਿਆ ਮੁੜ ਨਹੀਂ ਆਉਣੀਆਂ, ਤੇਰੇ ਬਿਨ ਸਦਾ ਪਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ ਹਏ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ ਹਏ, ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਡੋਲਣਾ। ਦਿਲ ਤੇਰੇ ਨਾਮ ਮੇਰੀ ਜਾਨ ਤੇਰੇ ਨਾਮ, ਤੇਰੇ ਨਾਲ ਸੁਬਾ ਮੇਰੀ ਤੇਰੇ ਨਾਲ ਸ਼ਾਮ, ਗੱਲ ਮੇਰੀ ਕਿਉਂ ਨੀ ਮੰਨਦਾ ਮਹੀ ਵੇ, ਜ਼ਿੰਦਗੀ ਏ ਤੇਰੇ ਨਾਲ ਤੂੰ ਮੇਰਾ ਏ ਪਿਆਰ, ਆ ਜਾਵੇ ਮਾਹੀ ਵੇ ਮੈਨੂੰ ਤੇਰਾ ਇੰਤਜ਼ਾਰ, ਜ਼ਿੰਦਗੀ ਏ ਤੇਰੇ ਨਾਲ ਤੂੰ ਮੇਰਾ ਏ ਪਿਆਰ, ਆ ਜਾਵੇ ਮਾਹੀ ਵੇ ਮੈਨੂੰ ਤੇਰਾ ਇੰਤਜ਼ਾਰ। ਤੁਹਾਡੀ ਆਵਾਜ਼ ਵੈਸੇ ਸਹੀ ਖੁੱਲ੍ਹੀ ਲੱਗਦਾ ਕਿ ਤੁਸੀਂ ਸਿੱਖਣਾ ਸ਼ੁਰੂ ਕੀਤਾ ਹੈ। ਬਸ ਮੇਰੇ ਵਾਲਦ ਸਾਹਿਬ, ਮੈਂ ਖੁਸ਼ਕਿਸਮਤ ਹਾਂ, ਕਿ ਮੇਰਾ ਇਸ ਖਾਨਦਾਨ 'ਚ ਮੇਰੇ ਤਾਇਆ ਜੀ ਉਹ ਵੀ ਗਾਉਂਦੇ ਨੇ, ਵਾਲਦ ਸਾਹਿਬ ਮੇਰੇ ਤਬਲਾ ਨਵਾਜ਼ ਨੇ, ਅਤੇ ਮੈਂ ਸ਼ੁਰੂ ਤੋਂ ਹੀ ਮਤਲਬ ਮੇਰੇ ਛੋਟੇ ਭਾਈ ਵੀ ਗਾਉਂਦੇ, ਸ਼ੁਕਰ ਇੱਥੇ ਹੈ ਨਹੀਂ, ਅਤੇ ਤੁਸੀਂ ਕਹਿੰਦੇ ਬੜਾ ਅੱਛਾ ਗਾਉਂਦੇ ਨੇ ਉਹ ਵੀ। ਉਹ ਕਿੱਧਰ ਚਲੇ ਗਏ? ਉਹ ਗਏ ਨੇ ਜ਼ਰਾ ਕਿਤੇ, ਅਤੇ ਬਸ ਇਹਨਾਂ ਦੀ ਮਿਹਰਬਾਨੀ, ਅਤੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਂ ਇਸ ਖਾਨਦਾਨ 'ਚ ਪੈਦਾ ਹੋਇਆ, ਕਿ ਸਾਡੇ ਸਾਰੇ ਵੱਡੇ ਗਾਉਂਦੇ ਵਜਾਉਂਦੇ ਨੇ।
ਮਤਲਬ ਇਹ ਚੀਜ਼ ਤੁਹਾਨੂੰ ਵਿਰਾਸਤ 'ਚ ਮਿਲੀ। ਮੈਨੂੰ ਉਮੀਦ ਹੈਗੀ ਹੈ ਕਿ ਫੋਕ ਸਟੂਡੀਓ ਦੀ ਇਹ ਕੋਸ਼ਿਸ਼ ਜ਼ਰੂਰ ਰੰਗ ਲਿਆਏਗੀ ਅਤੇ ਆਓ ਵੇਖਦੇ ਹਾਂ ਕਿ ਇਹ ਫੋਕ ਸਟੂਡੀਓ ਨੇ ਕਿਹੜਾ ਨਵਾਂ ਟੈਲੈਂਟ ਤਲਾਸ਼ ਕੀਤਾ ਅਤੇ ਕੌਣ ਕੌਣ ਅੱਜ ਦੇ ਵਿਨਰ ਹੋਣਗੇ। ਇਹ ਦੱਸਣਗੇ ਸਾਨੂੰ ਯੂਸਫ ਪੰਜਾਬੀ ਸਾਹਿਬ ਜਿਹੜੇ ਫੋਕ ਸਟੂਡੀਓ ਦੇ ਔਰਗਨਾਈਜ਼ਰ ਨੇ, ਅਤੇ ਮੈਂ ਉਹਨਾਂ ਨੂੰ ਬੁਲਾਉਂਦੀ ਹਾਂ। ਆਓ ਅਤੇ ਦੱਸੋ ਕਿ ਕੌਣ ਵਿਨਰ ਹੈ। ਜੀ ਸ਼ੁਕਰੀਆ ਕਸ਼ਫਾ। ਇੱਕ ਤਾਂ ਅੱਜ ਇੱਥੇ ਬਹੁਤ ਜ਼ਿਆਦਾ ਸਾਨੂੰ ਟੈਲੈਂਟ ਫੋਕ ਸਟੂਡੀਓ ਵਾਸਤੇ ਖਾਸ ਕਰਕੇ, ਕਿਉਂਕਿ ਫੋਕ ਉਹ ਹੈ ਜਿਹਦੇ ਨਾਲ ਅਸੀਂ ਪਛਾਣੇ ਜਾਂਦੇ ਹਾਂ, ਸਾਡੀ ਸ਼ਨਾਖਤ ਹੁੰਦੀ ਹੈ। ਜ਼ਬਾਨ ਵਾਹਿਦ ਮੀਟਰ ਹੈ ਜਿਹੜਾ ਪੂਰੀ ਦੁਨੀਆ ਵਿੱਚ ਤੁਹਾਡੇ ਖਿੱਤੇ ਦੀ, ਤੁਹਾਡੀ ਨੇਸ਼ਨ ਦੀ ਸ਼ਨਾਖਤ ਹੁੰਦਾ ਹੈ। ਅਗਰ ਅਸੀਂ ਦੁਨੀਆ 'ਚ ਕਿਤੇ ਵੀ ਜਾਂਦੇ ਹਾਂ, ਜਿਹੜੀ ਜ਼ਬਾਨ ਬੋਲਦੇ ਹਾਂ ਨਾ, ਫੌਰੀ ਤੌਰ 'ਤੇ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਅਸੀਂ ਕੌਣ ਹਾਂ, ਸਾਡੀ ਸ਼ਨਾਖਤ ਹੋ ਜਾਂਦੀ ਹੈ। ਅਗਰ ਅਸੀਂ ਪੰਜਾਬੀ ਬੋਲਦੇ ਹਾਂ ਤਾਂ ਪਤਾ ਲੱਗ ਜਾਂਦਾ ਹੈ ਪੰਜਾਬ ਤੋਂ ਨੇ, ਕਿਉਂਕਿ ਜ਼ਾਤਾਂ, ਤਬਕੇ, ਫਿਰਕੇ, ਮਜ਼ਹਬ ਇਹ ਬਾਅਦ ਵਿੱਚ ਹੈ, ਪਹਿਲੇ ਧਰਤੀ ਹੈ, ਪਹਿਲੇ ਜ਼ੁਬਾਨ ਹੈ, ਪਹਿਲੇ ਕੌਮ ਹੈ। ਅਸਲ ਵਿੱਚ ਜਿਸ ਕੌਮ ਨਾਲ ਸਾਡਾ ਤਲਕ ਹੈ ਉਹ ਪੰਜਾਬੀ ਕੌਮ ਹੈ। ਸਾਡੀ ਸ਼ਨਾਖਤ, ਸਾਡੀ ਜ਼ੁਬਾਨ ਹੈ, ਔਰ ਸਾਡਾ ਫੋਕ ਦੁਨੀਆ ਦੇ ਵਿੱਚ ਅਮੀਰ ਤਰੀਨ ਫੋਕ ਹੈ, ਜਿਹਦੇ ਵਿੱਚ ਅਸੀਂ ਵੇਖਦੇ ਹਾਂ ਯਮਲਾ ਜੱਟ ਹੈ, ਸੁਰਿੰਦਰ ਕੌਰ, ਪ੍ਰਕਾਸ਼ ਕੌਰ ਹੈ, ਫਿਰ ਸਾਡੇ ਕੋਲ ਆਲਮ ਲੁਹਾਰ ਸਾਹਿਬ ਨੇ, ਫਿਰ ਸਾਡੇ ਕੋਲ ਮਨਸੂਰ ਮਲੰਗੀ, ਫਿਰ ਸਾਡੇ ਕੋਲ ਅਲਰਤਾ ਲੂਣੇ ਵਾਲਾ, ਫਿਰ ਸਾਡੇ ਕੋਲ ਬਹੁਤ ਵੱਡਾ ਨਾਂ ਸ਼ੌਕਤ ਅਲੀ, ਫਿਰ ਸਾਡੇ ਕੋਲ ਆਸ਼ਿਕ ਜੱਟ, ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੇ ਐਸੇ ਨਾਂ, ਨੁਸਰਤ ਫਤਿਹ ਅਲੀ ਖਾਂ, ਔਰ ਅੱਜ ਦੇ ਦੌਰ ਦੇ ਜਿਹੜੇ ਨੇ। ਫਿਰ ਮੈਂ ਕਹਾਂਗਾ ਕਿ ਅਗਰ ਫਿਲਮ ਦੇ ਵਿੱਚ ਅਸੀਂ ਆਉਂਦੇ ਤਾਂ ਫਿਲਮ ਇੰਡਸਟਰੀ ਉਹ ਹੈ ਜਿਹੜੀ ਪੰਜਾਬ ਦੀ ਫਿਲਮ ਇੰਡਸਟਰੀ ਨੇ ਰਾਜ ਕੀਤਾ ਪੂਰੇ ਬਰੇ ਸਗੀਰ 'ਤੇ। ਉਹਦੇ ਵਿੱਚ ਬਹੁਤ ਵੱਡੇ ਨਾਂ ਮੈਡਮ ਨੂਰ ਜਹਾਂ ਦਾ, ਇਨਾਇਤ ਸਿੰਘ ਭੱਟੀ ਸਾਹਿਬ ਸਾਡੇ ਕੋਲ ਫਿਲਮਾਂ ਬਣਾਉਂਦੇ ਵੀ ਰਹੇ, ਗਾਉਂਦੇ ਵੀ ਰਹੇ। ਸੋ ਇਸ ਤਰ੍ਹਾਂ ਇੰਨੇ ਜ਼ਿਆਦਾ ਨਾਂ ਨੇ, ਮੈਂ ਮਤਲਬ ਅਗਰ ਗਿਣਨ ਲੱਗਾਂਗਾ ਤਾਂ ਸ਼ਾਇਦ ਬਹੁਤ ਜ਼ਿਆਦਾ ਟਾਈਮ ਲੱਗ ਜਾਵੇ। ਆਪਣੀ ਜ਼ੁਬਾਨ ਨਾਲ ਜੁੜੇ ਰਹਿਣਾ ਇਹ ਕੁਦਰਤ ਦਾ ਸਭ ਤੋਂ ਵੱਡਾ ਕਰਮ ਹੁੰਦਾ ਹੈ। ਜਿਸ ਬੰਦੇ 'ਤੇ ਕਰਮ ਹੈ ਉਹ ਆਪਣੀ ਜ਼ੁਬਾਨ ਨਾਲ, ਆਪਣੀ ਧਰਤੀ ਨਾਲ ਜੁੜਿਆ ਹੈ। ਔਰ ਧਰਤੀ ਤੋਂ ਅਸੀਂ ਜਦੋਂ ਟੁੱਟਦੇ ਹਾਂ ਨਾ, ਤਾਂ ਫਿਰ ਇਸ ਤਰ੍ਹਾਂ ਹੀ ਹੁੰਦਾ ਹੈ, ਕਿਤੇ ਬੰਬ ਬਲਾਸਟ ਹੁੰਦਾ ਹੈ, ਕਿਤੇ ਧਰਮ ਦੇ ਨਾਂ 'ਤੇ ਕਤਲ ਹੁੰਦੇ ਨੇ, ਕਿਤੇ ਨਫ਼ਰਤਾਂ ਹੁੰਦੀਆਂ ਨੇ ਜ਼ਾਤ ਪਾਤ ਦੇ ਨਾਂ 'ਤੇ। ਅੱਛਾ, ਇਹ ਜ਼ਾਤਾਂ ਦੀ ਜਾਂ ਧਰਮਾਂ ਦੀ ਜਿਹੜੀ ਵੰਡ ਹੈ ਸਾਨੂੰ ਦੂਰ ਕਰਦੀ ਹੈ। ਜਦੋਂ ਅਸੀਂ ਇੱਕ ਕੌਮ ਦੇ, ਇੱਕ ਖਿੱਤੇ ਦੇ ਹੁੰਦੇ ਹਾਂ, ਤਾਂ ਅਸੀਂ ਨੇੜੇ ਹੁੰਦੇ ਹਾਂ, ਅਸੀਂ ਨਜ਼ਦੀਕ ਹੁੰਦੇ ਹਾਂ। ਤੋ ਮੇਰਾ ਖਿਆਲ ਹੈ ਕਿ ਜਿਵੇਂ ਸਾਨੂੰ ਕਿਸੇ ਵੀ ਨਿਮਤ ਵਾਸਤੇ, ਕਿਸੇ ਚੰਗੀ ਗੱਲ ਵਾਸਤੇ, ਕਿਸੇ ਇਨਾਮ ਵਾਸਤੇ ਖੁਦਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਔਰ ਉਹਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ। ਇਸ ਤਰ੍ਹਾਂ ਜਿਹੜੇ ਆਸਾਨੀਆਂ ਵੰਡਦੇ ਨੇ, ਜਿਹੜੇ ਪਿਆਰ ਕਰਦੇ ਨੇ, ਉਹਨਾਂ ਬੰਦਿਆਂ ਦਾ ਵੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ, ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ। ਇੱਥੇ ਸਾਨੂੰ ਜਿੰਨੇ ਬੱਚੇ ਮਿਲਵਾਏ ਨੇ ਜਾਂ ਇੱਥੇ ਉਹਨਾਂ ਨੇ ਅਰੇਂਜ ਕੀਤਾ, ਤਨਵੀਰ ਖਾਨ ਸਾਹਿਬ ਦੇ ਅਸੀਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਇੰਨਾ ਅੱਛਾ ਇਸ ਧਰਤੀ ਦਾ ਟੈਲੈਂਟ ਦਿੱਤਾ। ਮੈਂ ਇੱਕ ਗੁਜ਼ਾਰਿਸ਼ ਵੀ ਕਰਾਂਗਾ ਕਿ ਅਸੀਂ ਜ਼ਰੂਰ ਨਵੇਂ ਗੀਤ ਗਾਈਏ, ਬੜੀ ਚੰਗੀ ਗੱਲ ਹੈ ਗਾਣਾ, ਲੇਕਿਨ ਜਿੰਨਾ ਚਿਰ ਅਸੀਂ ਆਪਣੇ ਫੋਕ ਨੂੰ ਯਾਦ ਨਹੀਂ ਰੱਖਦੇ, ਆਪਣੇ ਕਲਚਰ ਨੂੰ ਯਾਦ ਨਹੀਂ ਰੱਖਦੇ। ਅਸੀਂ ਕਹਿੰਦੇ ਨਾ ਪੰਜਾਬੀਆਂ, ਪਾ ਮਨੀਰ ਵਜ਼ੀਰਾਬਾਦੀ, ਸ਼ੌਕਤ ਮਨਜ਼ੂਰ, ਠੀਕ ਹੈ, ਫਿਰ ਇਸ ਤਰ੍ਹਾਂ ਦੇ ਬਹੁਤ ਸਾਰੇ ਨਾਂ ਜਿਹੜੇ ਨੇ, ਸਾਦਿਕ ਇਕਬਾਲ ਫੈਸਲਾਬਾਦ ਤੋਂ, ਜਿੰਨਾ ਚਿਰ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਨਾ ਟੁਰਾਂਗੇ, ਉਹਨਾਂ ਦੇ ਜ਼ਾਹਿਰ ਬੱਚੇ ਵੀ ਉਹਨਾਂ ਨੂੰ ਗਾ ਕੇ ਅੱਗੇ ਜਾ ਰਹੇ ਨੇ ਨਾ, ਉਹਨਾਂ ਨੇ ਕੁਛ ਐਡਾ ਖਾਸ ਹੋਰ ਨਹੀਂ, ਲੇਕਿਨ ਅਸੀਂ ਨਵੀਂ ਚੀਜ਼ ਵੀ ਤਿਆਰ ਕਰੀਏ ਆਪਣੇ ਫੋਕ ਔਰ ਆਪਣੀ ਧਰਤੀ ਦੇ ਅੰਗ ਰੰਗ ਵਿੱਚ, ਔਰ ਉਹਨਾਂ ਨੂੰ ਜ਼ਰੂਰ ਨਾਲ ਲੈ ਕੇ ਟੁਰੀਏ। ਅੱਜ ਮੈਨੂੰ ਉਮੀਦ ਤੋਂ ਜ਼ਿਆਦਾ ਇੱਥੋਂ ਬੱਚੇ ਟੈਲੈਂਟਡ ਜਿਹੜੇ ਨੇ ਉਹ ਮਿਲੇ ਨੇ। ਸਾਡੇ ਜਿਹੜੇ
ਵੱਡੇ ਨੇ, ਬਜ਼ੁਰਗ ਨੇ, ਉਹਨਾਂ ਦੇ ਬਹੁਤ ਹੀ ਸੋਹਣਾ ਗਾਇਆ ਨਾ, ਉਹਨਾਂ ਦਾ ਤਾਂ ਅਸੀਂ ਮੁਕਾਬਲਾ ਕਰ ਹੀ ਨਹੀਂ ਸਕਦੇ, ਨਾ ਉਹਨਾਂ ਨੂੰ ਮੁਕਾਬਲੇ 'ਚ ਲਿਆ ਸਕਦੇ ਹਾਂ। ਲੇਕਿਨ ਮੈਂ ਰਾਵਲ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ, ਗੋਲਡਨ ਟਿਕਟ ਨੇ ਉਹਨਾਂ ਕੋਲ, ਅੱਜ ਦੇ ਜਿਹੜੇ ਵਿਨਰ ਨੇ ਬੱਚੀਆਂ ਨੇ ਉਹਨਾਂ ਦੀ ਕੁਛ ਤਿਆਰੀ ਦੀ ਜ਼ਿਆਦਾ ਜ਼ਰੂਰਤ ਹੈ, ਉਹਨਾਂ ਦਾ ਵੋਕਲ ਆਵਾਜ਼ ਲਵਾਉਣ ਦੀ ਜ਼ਿਆਦਾ ਜ਼ਰੂਰਤ। ਉਹਨਾਂ 'ਚੋਂ ਇੱਕ ਬੜੀ ਅੱਛਾ ਜਿਹੜੇ ਉਹ ਅਜ਼ਰਾ ਜੀ ਦੇ ਜਿਨ੍ਹਾਂ ਨੇ ਗਾਏ, ਉਹ ਠੀਕ ਨੇ, ਉਹਨਾਂ ਦਾ ਗਲਾ ਵੀ ਤਿਆਰ ਹੈ ਔਰ ਅੱਛਾ ਗਾ ਰਹੇ ਨੇ ਉਹ। ਲੇਕਿਨ ਮੈਂ ਸਮਝਦਾ ਦੂਸਰੀਆਂ ਬੱਚੀਆਂ ਨੂੰ ਆਵਾਜ਼ ਦੀ, ਉਹਨਾਂ ਨੂੰ ਬਹਰਹਾਲ ਰਿਆਇਤੀ ਨੰਬਰ ਦੇ ਕੇ ਅਸੀਂ ਰੱਖਿਆ ਜ਼ਰੂਰ ਹੈ, ਕਿਉਂਕਿ ਸਾਡੀ ਪੰਜਾਬੀਆਂ ਦੀ ਆਬਾਦੀ ਜਿਹੜੀ ਹੈ ਨਾ, ਉਹ ਜ਼ਿਆਦਾ ਸਵਾਣੀਆਂ 'ਤੇ ਹੈ, ਫੀਮੇਲਸ 'ਤੇ ਆ, ਔਰਤਾਂ 'ਤੇ ਹੈ, ਅਤੇ ਜਿੰਨਾ ਚਿਰ ਅਸੀਂ ਉਹਨਾਂ ਨੂੰ ਆਪਣੀ ਕਿਸੇ ਵੀ ਸਟ੍ਰੀਮ ਵਿੱਚ ਸ਼ਾਮਿਲ ਨਹੀਂ ਕਰਾਂਗੇ, ਕਿਸੇ ਤਰੱਕੀ ਦੀ ਲਾਈਨ 'ਚ ਸ਼ਾਮਿਲ ਨਹੀਂ ਕਰਾਂਗੇ, ਤਾਂ ਅਸੀਂ ਅੱਗੇ ਨਹੀਂ ਜਾ ਸਕਦੇ। ਲਿਹਾਜ਼ਾ ਸਾਨੂੰ ਆਪਣੀਆਂ ਬੀਬੀਆਂ, ਭੈਣਾਂ, ਮਾਵਾਂ ਨੂੰ ਆਪਣੇ ਨਾਲ ਕੰਧੇ ਨਾ ਕੰਧਾ ਮਿਲਾ ਕੇ, ਨਾ ਸਿਰਫ ਜ਼ਬਾਨੀ ਬਲਕਿ ਉਹਨਾਂ ਨੂੰ ਅਮਲੀ ਤੌਰ 'ਤੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਉਹਨਾਂ ਨੂੰ ਮੌਕੇ ਮਿਲਣੇ ਚਾਹੀਦੇ ਨੇ ਬਾਹਰ ਆ ਕੇ ਕੰਮ ਕਰਨ ਦੇ, ਔਰ ਉਹਨਾਂ ਨੂੰ ਕਰਨਾ ਚਾਹੀਦਾ ਹੈ। ਰਾਵਲ ਮੁਰਾਦ ਸਾਹਿਬ ਲਿਆਓ ਜ਼ਰਾ ਟਿਕਟ, ਐਂ ਕਰਸ਼ਵਾ ਐਨੇ ਔਰ ਨਾਂ ਲਿਖੇ ਨੇ, ਤੁਸੀਂ ਇੱਕ ਇੱਕ ਨਾਂ ਬੁਲਾਈ ਜਾਵੋ ਅਤੇ ਅਸੀਂ ਉਹਨਾਂ ਨੂੰ ਠੀਕ ਹੈ। ਫੋਕ ਸਟੂਡੀਓ ਨੇ ਪਹਿਲਾਂ ਟੈਲੈਂਟ ਜਿਹੜਾ ਤਲਾਸ਼ ਕੀਤਾ ਇਸ ਇੰਸਟੀਟਿਊਟ ਵਿੱਚੋਂ, ਉਹਨਾਂ ਦਾ ਨਾਮ ਹੈ ਚਾਂਦ। ਤੁਹਾਡੀਆਂ ਬਹੁਤ ਸਾਰੀਆਂ ਤੁਹਾਡੀਆਂ ਲੋ ਜੀ ਚਾਂਦ ਗੌਰੀ ਸਾਹਿਬ, ਬਹੁਤ ਸ਼ੁਕਰੀਆ, ਅਤੇ ਕੋਸ਼ਿਸ਼ ਕਰੋ ਕਿ ਜਿੰਨੀਆਂ ਵੀ ਪੁਰਾਣੀਆਂ ਪੰਜਾਬੀਆਂ ਤੁਸੀਂ ਗਾ ਸਕਦੇ ਹੋ, ਤੁਹਾਡਾ ਅਸੀਂ ਫੋਕ ਸਟੂਡੀਓ ਵੱਲੋਂ ਇੱਕ ਗਾਣਾ ਰਿਕਾਰਡ ਕਰਾਂਗੇ, ਅਗਰ ਉਹਨੂੰ ਮਕਬੂਲੀਅਤ ਹਾਸਿਲ ਹੋਈ ਅਤੇ ਤੁਹਾਡਾ ਅਸੀਂ ਪੂਰਾ ਐਲਬਮ ਰਿਕਾਰਡ ਕਰਾਂਗੇ। ਲੇਕਿਨ ਕੋਸ਼ਿਸ਼ ਕਰਨੀ ਹੈ ਕਿ ਸਾਡਾ ਖਾਸ ਜਿਹੜਾ ਫੋਕ ਦਾ ਅੰਗ ਰੰਗ ਹੈ ਨਾ, ਉਹ ਨਹੀਂ ਅੱਗੇ ਪਿੱਛੇ ਹੋਣਾ ਚਾਹੀਦਾ, ਉਹ ਜ਼ਿਹਨ 'ਚ ਰੱਖ ਕੇ ਹੁਣ ਤੁਸੀਂ ਇੱਕ ਤਿਆਰ ਕਰਨਾ, ਤੁਹਾਨੂੰ ਫੋਨ ਅਸੀਂ ਕਰਾਂਗੇ ਅਤੇ ਤੁਹਾਨੂੰ ਬੁਲਾ ਲਵਾਂਗੇ। ਠੀਕ ਹੈ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਅਗਲਾ ਹਾਂਜੀ ਜੀ, ਜਦ ਤੁਸੀਂ ਕਿਹਾ ਕਿ ਸਵਾਨੀਆਂ ਤੋਂ ਬਗੈਰ ਤਾਂ ਸਾਡੀ ਟੀਮ, ਸਾਡੀ ਕੋਈ ਵੀ ਤਰੱਕੀ ਮੁਕੰਮਲ ਨਹੀਂ ਹੁੰਦੀ, ਅਤੇ ਦੂਸਰਾ ਨਾਮ ਹੈਗਾ ਨਿਦਾ ਜੀ। ਨਿਦਾ ਜੀ ਬੇਟਾ, ਤੁਸੀਂ ਗਾਇਆ ਸੀ, ਤੁਸੀਂ ਕੀ ਗਾਇਆ ਸੀ? ਹਜ਼ਰਾ ਜਾਨ ਨੂੰ ਤੁਸੀਂ ਗਾਇਆ ਸੀ? ਹਾਂ, ਤੁਸੀਂ ਬਹੁਤ ਅੱਛਾ ਗਾਇਆ, ਔਰ ਤੁਹਾਨੂੰ ਕੋਈ ਮਤਲਬ ਕਦੀ ਸੁਣਿਆ? ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਬੇਬੇ ਰੇਸ਼ਮਾ, ਹੈਂ ਆਪਣਾ ਮਾਈ ਭਾਗੀ ਖੜੀ ਨੀਮ ਕੇ ਨੀਚੇ ਅਸੀਂ ਬੜਾ ਸੁਣਨੇ ਹਾਂ, ਉਸਤਾਦ ਜੁਮਨ ਖਾਨ, ਠੀਕ ਹੈ, ਇਹ ਬਹੁਤ ਵੱਡੇ ਨਾਂ ਨੇ ਸਾਨੂੰ। ਮੇਰੇ ਖਿਆਲ ਹੈ ਕਿ ਅਸੀਂ ਅੱਜ ਦੇ ਦੌਰ ਵਿੱਚ ਅਗਰ ਅਸੀਂ ਸਜਾਦ ਅਲੀ ਨੂੰ ਸੁਣ ਲਈਏ, ਬਹੁਤ ਸੁਰੀਲਾ, ਠੀਕ ਹੈ, ਮਾਸਟਰ ਅਲਤਾਫ਼ ਔਰ ਦੂਸਰੇ ਸਾਡੇ ਪਾਰ ਦੇ ਜਿੰਨੇ ਵੀ ਨੇ, ਫਿਰ ਖਾਸ ਕਰਕੇ ਮੈਂ ਕਹਾਂਗਾ ਗੁਰਦਾਸ ਮਾਨ ਦਾ ਨਾਂ ਸਾਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ। ਐਸਾ ਰੱਬ ਲੋਕ, ਐਸਾ ਮੁਹੱਬਤ ਵਿੱਚ ਗੁੱਝਾ ਰਚਿਆ ਬੰਦਾ, ਲਿਖਦਾ ਵੀ ਆਪ ਹੈ, ਕੰਪੋਜ਼ਰ ਵੀ ਆਪ ਹੈ ਔਰ ਮਿਊਜ਼ਿਕ ਡਾਇਰੈਕਟਰ ਵੀ ਆਪ ਹੈ, ਉਹ ਇੰਨਾ ਮਤਲਬ ਖੂਬੀਆਂ ਜਿਹੜੀਆਂ ਨੇ ਇੱਕ ਬੰਦੇ ਦੇ ਵਿੱਚ, ਔਰ ਰੱਬ ਦਾ ਬੜਾ ਕਰਮ ਕਿ ਉਹ ਜੋ ਵੀ ਲਿਖਦਾ ਕਮਾਲ ਲਿਖਦਾ। ਫਿਰ ਅੱਜ ਦੇ ਦੌਰ 'ਚ ਸਤਿੰਦਰ ਸਰਤਾਜ ਦੇ ਗੀਤ ਤੁਸੀਂ ਮੇਰੇ ਖਿਆਲ ਸੁਣੇ ਹੋਣਗੇ, ਸਤਿੰਦਰ ਸਰਤਾਜ, ਸਾਈਂ ਜੀ ਦੀ ਦੁਆ ਵੀ ਹੈ ਵੇ, ਠੀਕ ਹੈ ਨਾ, ਉਹ ਅਤੇ ਕੋਸ਼ਿਸ਼ ਕਰੋ ਕਿ ਸਾਡੀਆਂ ਜਿਹੜੀਆਂ ਪੁਰਾਣੀਆਂ ਹੈ ਨੇ ਨਾ ਵੱਡੀਆਂ ਗਾਉਣ ਵਾਲੀਆਂ, ਰੂਨਾ ਲੈਲਾ, ਮਾਲਾ, ਠੀਕ ਹੈ ਨਾ, ਇਹਨਾਂ ਨੂੰ ਵੀ ਜ਼ਰਾ ਥੋੜ੍ਹਾ ਜਿਹਾ ਸੁਣੋ, ਔਰ ਇੱਕ ਗਾਣਾ ਤੁਹਾਡਾ ਅਸੀਂ ਰਿਕਾਰਡ ਕਰਾਂਗੇ। ਓਕੇ ਓਕੇ ਜੀ, ਇੱਕ ਤੀਜਾ ਨਾਮ ਹੈਗਾ ਜਾਨ ਜੀ। ਜਾਨ ਸਾਹਿਬ, ਜਾਨ ਸਾਹਿਬ ਤੁਸੀਂ ਬਹੁਤ ਅੱਛਾ ਗਾਉਂਦੇ ਹੋ, ਤੁਹਾਡੇ 'ਤੇ ਰੱਬ ਦੀ ਮਿਹਰ ਹੈ,
ਤੁਹਾਡੇ ਮੈਂ ਸੋਸ਼ਲ ਮੀਡੀਆ 'ਤੇ ਸੁਣੇ ਵੀ ਹੋਏ ਨੇ ਗੀਤ ਤੁਹਾਡੇ ਕੋਲੋਂ। ਜਿੰਨੀ ਅੱਛੀ ਪੰਜਾਬੀ ਤੁਸੀਂ ਗਾਓਗੇ ਨਾ, ਅਸੀਂ ਕਹਿੰਦੇ ਪੰਜਾਬੀਆਂ ਖਾਸ ਟਿਪੀਕਲ ਲੈਂਗੁਏਜ ਖਾਨ ਸਾਹਿਬਾਨ ਦੀ ਨਾ, ਜਦੋਂ ਕਹਿੰਦੇ ਨਾ ਉਹ ਪੰਜਾਬੀਆਂ ਸੁਣਾਈਆਂ ਤੁਹਾਨੂੰ, ਅੱਛਾ ਹੈ ਤਾਂ ਸਾਰੇ ਪੰਜਾਬੀ ਗੀਤ ਨੇ, ਲੇਕਿਨ ਜਦੋਂ ਕਹਿੰਦੇ ਨਾ ਪੰਜਾਬੀਆਂ ਪੰਜਾਬੀਆਂ ਦਾ ਮਤਲਬ ਹੈ ਕਿ ਸਾਡਾ ਟਿਪੀਕਲ ਜਿਹੜਾ ਇੱਕ ਗਾਇਕੀ ਦਾ